पांच रुपये पेट्रोल दस रुपये डीजल घटिया है तो मोदी सरकार कह रही है कहिंदे कि दिवाली नूं लोगों तोहफा दिता है ये थोड़ा तोहफा लगता है या फिर 2022 चोणों लेके स्टंट ठीक है जी स्टंट है जी कोई चक्कर नहीं है जी मैं देखते हो जी सर जिहड़ा ये पेट्रोल घटिया पांच रुपये तो दस रुपये डीजल तो इस रेट नूं किवें देखते हो कि केंद्र सरकार ने जो घट किया जब इन्होंने सेंटर सरकार ने कुछ करना ही नहीं है वो गहां तो फिर आ नहीं सकदी किमें लगता कि सीएम चरणजीत सिंह चन्नी बैज घटाऊंगे क्योंकि होर स्टेटा ने बैज घटा दा केंद्र ने एक्साइज ड्यूटी घटा दी है होर स्टेटा ने बैज घटा दिता हूँ पंजाब दे विच तुहानूं लगता कि सीएम चरणजीत सिंह चन्नी बैज घटाऊंगे नहीं तो फिर अकालियां वाला हाल होगा भी होर स्टेटा के बैज घटाया गया तो जो गल करिए हिमाचल की हरियाणे की चंडीगढ़ के आसाम की कई स्टेटा जो बैज घटाया गया एक्साइज ड्यूटी केंद्र वालों घटाई गई है तुहानूं लगता सीएम चरणजीत सिंह चन्नी बैज घटाऊंगे इतने पंजाब दे विच स्टेटा ने पेट्रोल डीजल रेट में लेकर बैठ घटाया गया भावें हरियाणे की गल करिए हिमाचल की गल करिए आसाम की गल करिए चंडीगढ़ की तैयारी चल रही है रेट घटाने पर हुण पंजाब दे विच की लगता है कि सीएम चरणजीत सिंह चन्नी थोड़े ऐलान करेंगे तेल के उत्ते बैठ घटाएंगे देखो तुसीं अपने आप 60 रुपए वधा के 10 रुपए घट कर देने ਕਿੱਥੇ ਦੀ ਬੜੀ ਬਹਾਦਰੀ ਕਮਲ ਨੂੰ ਕਿਹਾ ਜਾ ਰਿਹਾ ਕਹਿੰਦਾ ਬੀਜੇਪੀ ਦੀ ਚਾਰ ਜਗ੍ਹਾ ਕਰਾਰੀ ਹਾਰ ਹੋਈ ਆ ਉਸਦੇ ਕਹਿੰਦਾ ਕਿ ਦੁੱਖ ਦੇ ਵਿੱਚ ਉਸਦੀ ਟੈਨਸ਼ਨ ਦੇ ਵਿੱਚ ਕਹਿੰਦਾ ਬੀਜੇਪੀ ਵਾਲਿਆਂ ਨੇ ਰੇਟ ਘਟਾਇਆ ਕਿੰਨੀ ਕੁ ਸਹੀ ਹੈ ਕਿਆ ਲੱਗਦਾ ਕਿ ਬੀਜੇਪੀ ਦੇ ਹਾਰ ਦੇ ਕਾਰਨ ਜਾਂ ਫਿਰ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਵਾਸਤੇ ਬੀਜੇਪੀ ਨੇ ਸਟੰਟ ਕੀਤਾ ਦੀਵਾਲੀ ਦੇ ਤਿਹਾਰ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ 5 ਰੁਪਏ ਪੈਟਰੋਲ 10 ਰੁਪਏ ਡੀਜ਼ਲ ਘੱਟ ਕਰਕੇ ਪੂਰੇ ਦੇਸ਼ ਦੇ ਲੋਕਾਂ ਨੂੰ ਇੱਕ ਤੋਹਫਾ ਦਿੱਤਾ ਹੈ ਪਰ ਇਹ ਤੋਹਫਾ ਕਿੰਨਾ ਕੁ ਲੋਕਾਂ ਵਾਸਤੇ ਫਾਇਦੇਮੰਦ ਹੈ ਪੂਰੀ ਖਬਰ ਤੁਹਾਨੂੰ ਦਿਖਾਵਾਂਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਪੈਟਰੋਲ ਪੰਪਾਂ ਦੇ ਉੱਤੇ ਲੋਕਾਂ ਦਾ ਘਟੇ ਹੋਏ ਰੇਟਾਂ ਬਾਰੇ ਕੀ ਕਹਿਣਾ ਹੈ ਕਿ ਵਾਕਈ ਕੇਂਦਰ ਸਰਕਾਰ ਨੇ ਰੇਟ ਘਟਾ ਕੇ ਐਕਸਾਈਜ਼ ਡਿਊਟੀ ਘਟਾ ਕੇ ਬਾਕੀ ਲੋਕਾਂ ਨੂੰ ਰਾਹਤ ਦਿੱਤੀ ਹੈ ਫਿਰ ਜਾਂ ਫਿਰ 2022 ਦੀਆਂ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਲੈ ਕੇ ਇੱਕ ਸਟੰਟ ਖੇਲਿਆ ਗਿਆ ਅਤੇ ਪਹਿਲਾਂ ਤੁਹਾਨੂੰ ਰੇਟ ਦਿਖਾਵਾਂਗੇ ਪੰਜਾਬ ਦੇ ਵਿੱਚ ਅੱਜ ਮੌਜੂਦਾ ਰੇਟ ਕੀ ਨੇ ਪੈਟਰੋਲ ਦੇ ਡੀਜ਼ਲ ਦੇ ਕਿਉਂਕਿ ਜਿਸ ਤਰੀਕੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਤਾਂ 10 ਰੁਪਏ ਜਿਹੜਾ ਦੱਸਿਆ ਜਾ ਰਿਹਾ ਡੀਜ਼ਲ ਘਟਿਆ ਅਤੇ 5 ਰੁਪਏ ਪੈਟਰੋਲ ਅਤੇ ਅੱਜ ਪੰਜਾਬ ਦੇ ਵਿੱਚ ਜੋ ਮੌਜੂਦਾ ਰੇਟ ਨੇ ਤਾਂ ਡੀਜ਼ਲ ਦਾ ਰੇਟ ਜਿਹੜਾ 89.80 ਰੇਟ ਹੈ ਅਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੈਟਰੋਲ ਦਾ ਰੇਟ ਹੈ 1.6 ਤਾਂ ਤੁਸੀਂ ਦੇਖੋ ਕਿ ਜਿਹੜਾ ਪੈਟਰੋਲ ਦਾ ਰੇਟ ਘਟਿਆ ਅਤੇ ਨਾਲ ਡੀਜ਼ਲ ਦਾ ਰੇਟ ਘਟਿਆ ਅਤੇ ਲੋਕਾਂ ਨੂੰ ਰਾਹਤ ਮਿਲੀ ਹੈ ਲੈ ਕੇ ਜਿਹੜੇ ਨੌਜਵਾਨ ਇੱਥੇ ਖੜ੍ਹੇ ਹੋਏ ਨੇ ਗੱਲਬਾਤ ਕਰ ਲੈਂਦੇ ਹਾਂ ਅਤੇ ਬਾਈ ਜੀ ਕਿੰਨਾ ਕੁ ਜਿਹੜਾ ਲੱਗਦਾ ਕਿ ਹੁਣ ਕੇਂਦਰ ਸਰਕਾਰ ਵੱਲੋਂ 5 ਰੁਪਏ ਜਿਹੜਾ ਦੱਸਿਆ ਜਾ ਰਿਹਾ ਕਿ ਪੈਟਰੋਲ ਘਟਾਇਆ ਗਿਆ 10 ਰੁਪਏ ਡੀਜ਼ਲ ਘਟਾਇਆ ਗਿਆ ਕਿੰਨੀ ਕਿਹੜੀ ਰਾਹਤ ਮਿਲੀ ਹੈ ਸਰ ਅਜੇ ਰਾਹਤ ਤਾਂ ਕੁਛ ਨਹੀਂ ਮਿਲੀ ਪਹਿਲਾਂ ਹੀ ਬਥੇਰਾ ਵਧਾਇਆ ਵਧਾਈ ਹਰ ਰੋਜ਼ ਤਾਂ ਵਧ ਰਹੇ ਆ ਕਦੇ 10 ਪੈਸੇ ਵੱਧ ਗਿਆ ਕਦੇ ਰੁਪਈਆ ਵੱਧ ਗਿਆ ਕਦੇ 2 ਰੁਪਈਏ ਹਰ ਰੋਜ਼ ਹੀ ਵਧ ਰਹੇ ਆ ਉਹੀ ਦਿਨ ਸੀਗੀ ਜਿਹੜੀ ਮੋਦੀ ਸਰਕਾਰ ਵਾਰ ਵਾਰ ਕਹਿੰਦੀ ਸੀਗੀ ਅਸੀਂ 35 ਰੁਪਏ ਡੀਜ਼ਲ ਦੇਣਾ ਹੈ ਪੈਟਰੋਲ ਦੇਣਾ ਪਰ ਉਹੀ ਸਰਕਾਰ 150 ਰੁਪਏ ਦੇ ਕਰੀਬ ਜਿਹੜਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪਹੁੰਚਣ ਨੂੰ ਤਿਆਰ ਹੋ ਗਈਆਂ ਸੀ ਪਰ ਹੁਣ ਕਿਤੇ ਨਾ ਕਿਤੇ 5-10 ਰੁਪਏ ਦੇ ਕੇ ਲੱਗਦਾ ਕਿ ਸਿਆਸੀ ਸੈਂਟ ਸਟੰਟ ਖੇਲਿਆ ਗਿਆ ਫਿਰ ਹਾਂਜੀ ਸਰ ਇਹ ਤਾਂ ਖੇਲੇ ਹੀ ਜਾ ਰਹੇ ਜੀ ਹਰ ਵਾਰੀ ਗਰੀਬ ਬੰਦੇ ਨਾਲ ਹਰ ਵਾਰੀ ਉਹ ਖੇਲੇ ਜਾ ਰਹੇ ਜੀ ਹੁਣ ਦੇਖੋ ਜੀ ਤੇਲਾਂ ਦੀ ਕੀਮਤਾਂ ਕਿੱਥਾ ਜਾ ਰਹੀਆਂ ਪਹਿਲਾਂ ਕਾਂਗਰਸ ਦੇ ਰਾਜ ਮੈਂ ਕਿੱਥਾ ਦੀ ਹੁਣ ਮੋਦੀ ਸਰਕਾਰ ਦੇ ਰਾਜ ਮੈਂ ਦੇ ਲਓ ਜੀ ਕਿੱਥੇ ਜਾ ਰਹੀਆਂ ਬਾਕੀ ਸਰਕਾਰ ਜਿਹੜੀਆਂ ਗੱਲ ਕਰੀ ਸਟੇਟਾਂ ਦੇ ਵਿੱਚ ਜਿਹੜਾ ਬੈਠ ਘਟਾ ਦਿੱਤਾ ਹੈ ਤਾਂ ਹੁਣ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਹੀ ਬੈਠ ਘਟਣਾ ਚਾਹੀਦਾ ਕਿਉਂਕਿ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਅਤੇ ਹੋਰ ਆਸਾਮ ਦੇ ਵਿੱਚ ਉਹਨਾਂ ਨੇ ਵੀ ਬੈਠ ਘਟਾ ਦਿੱਤਾ ਤਾਂ ਹੁਣ ਹਰ ਸਟੇਟ ਵੀ ਆਪਣਾ ਰੇਟ ਘਟਾ ਰਹੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਕਿਵੇਂ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਤੋਂ ਉਮੀਦ ਲੱਗਦੀ ਹੈ ਕਿ ਬੈਠ ਘਟਾਉਣਗੇ ਸਰ ਉਮੀਦ ਤਾਂ ਪੂਰੀ ਲੱਗਦੀ ਹੈ ਜਿਸ ਹਿਸਾਬ ਦਾ ਦੇ ਅਧਿਕੇ ਆਪਣਾ ਸੇਮ ਹੈ ਕਰ ਰਹੇ ਆ ਕੁਛ ਨਾ ਕੁਛ ਸ਼ਾਇਦ ਕਰਨਗੇ ਬਾਕੀ ਦੇਖੋ ਜੀ ਦੇਖੋ ਕਿਤੇ ਨਾ ਕਿਤੇ ਪੰਜਾਬ ਸਰਕਾਰ 'ਤੇ ਉਮੀਦ ਲੋਕਾਂ ਦੀ ਹੈ ਕਿ ਜਿਸ ਤਰੀਕੇ ਨਾਲ ਹੋਰ ਸਟੇਟਾਂ ਨੇ ਜਿਹੜਾ ਰੇਟ ਘਟਾਇਆ ਤਾਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਸੀਐਮ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਵੱਲੋਂ ਵੀ ਜਿਹੜਾ ਇੱਕ ਜਿਹੜੀ ਵੈਟ ਉਹ ਘਟਾਇਆ ਜਾਵੇਗਾ ਅਤੇ ਸਾਡੇ ਨਾਲ ਇੱਥੇ ਹੋਰ ਵੀ ਨੇੜੇ ਤੇਲ ਪਾਉਣ ਆਏ ਨੇ ਦੇਖੋ ਅਲੱਗ ਅਲੱਗ ਲੋਕਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਰੇਟ ਜਿਹੜਾ ਘਟਾਇਆ ਗਿਆ ਜਿਹੜਾ ਐਕਸਾਈਜ਼ ਡਿਊਟੀ ਘਟਾਈ ਗਈ ਹੈ 5 ਰੁਪਏ ਪੈਟਰੋਲ 10 ਰੁਪਏ ਡੀਜ਼ਲ ਕੀ ਵਾਕਈ ਜਿਹੜਾ ਲੋਕਾਂ ਨੂੰ ਰਾਹਤ ਦੇਣ ਵਾਸਤੇ ਆ ਜਾਂ ਫਿਰ 2022 ਦੀ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਇੱਕ ਨਵਾਂ ਸਟੰਟ ਖੇਲਿਆ ਗਿਆ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਰੇਟ ਘਟਾਇਆ ਗਿਆ ਦਿਵਾਲੀ ਨੂੰ ਬੀਜੇਪੀ ਵਾਲਿਆਂ ਵੱਲੋਂ ਅਤੇ ਮੋਦੀ ਸਰਕਾਰ ਵੱਲੋਂ ਕਿਹਾ ਗਿਆ ਜਾ ਰਿਹਾ ਕਹਿੰਦਾ ਕਿ ਤੋਹਫਾ ਦਿੱਤਾ ਲੋਕਾਂ ਨੂੰ 10 ਰੁਪਏ ਡੀਜ਼ਲ 5 ਰੁਪਏ ਪੈਟਰੋਲ ਘਟਾਇਆ ਇਹ 2022 ਦੀ ਚੋਣਾਂ ਦਾ ਸਟੰਟ ਹੈ ਜਾਂ ਫਿਰ ਬਾਕੀ ਲੋਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਜੀ ਜਿਹੜਾ ਬੀਜੇਪੀ ਵੱਲੋਂ ਤੇਲ ਘਟਾਇਆ ਗਿਆ ਬਹੁਤ ਚੰਗੀ ਗੱਲ ਹੈ ਭਾਵੇਂ ਗਰੀਬ ਜਨਤਾ ਦਾ ਭਾਵੇਂ ਸਟੰਟ ਹੋਵੇ ਭਾਵੇਂ ਮਤਲਬ ਨਾ ਹੋਵੇ ਉਹਨਾਂ ਦਾ ਫਾਇਦਾ ਚਾਹੀਦਾ ਫਾਇਦਾ ਹੋਣਾ ਚਾਹੀਦਾ ਲੋਕ ਜਨਤਾ ਦਾ ਘਟਾਇਆ ਗਿਆ ਬਹੁਤ ਚੰਗੀ ਗੱਲ ਹੈ
ਕਿਵੇਂ ਦੇਖਦੇ ਹੋ ਕਿ ਹੋਰ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਵੀ ਹੁਣ ਬੈਜ ਘਟਾਇਆ ਜਾ ਰਿਹਾ, ਕਹਿੰਦਾ ਕਿ ਕੇਂਦਰ ਵੱਲੋਂ ਐਕਸਾਈਜ਼ ਡਿਊਟੀ ਘਟਾਈ ਗਈ ਹੈ ਤੇ ਹੁਣ ਹੋਰ ਸਟੇਟਾਂ ਹਰਿਆਣੇ ਦੀ ਗੱਲ ਕਰੀਏ, ਹਿਮਾਚਲ ਦੀ ਗੱਲ ਕਰੀਏ, ਆਸਾਮ ਦੀ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਬੈਜ ਘਟਾਇਆ ਜਾ ਰਿਹਾ, ਕਹਿੰਦਾ ਉੱਥੇ ਰੇਟ ਬਹੁਤ ਘੱਟ ਹੋ ਜਾਏਗਾ, ਤਾਂ ਕਿਵੇਂ ਦੇਖਦੇ ਸੀਐਮ ਚਰਨਜੀਤ ਸਿੰਘ ਚੰਨੀ ਤੋਂ ਕੀ ਉਮੀਦ ਲੱਗਦੀ ਹੈ ਕਿ ਪੰਜਾਬ ਦੇ ਵਿੱਚ ਬੈਜ ਘਟਾਉਣਗੇ? ਹਾਂ ਜੀ, ਚੰਨੀ ਸਾਹਿਬ ਜੀ ਬੈਜ ਘਟਾ ਦੇਣ ਦਾ ਲੋਕਾਂ ਨੂੰ ਹੋਰ ਫਾਇਦਾ ਹੋ ਜਾਊਗਾ, ਬਹੁਤ ਚੰਗੀ ਗੱਲ ਹੈ। ਤੇ ਕਿੰਨਾ ਕਿ ਜਿਹੜਾ ਲੋਕਾਂ ਨੂੰ ਫਾਇਦਾ ਹੋਏਗਾ ਜੇ ਰੇਟ ਘੱਟ ਦਿੱਤਾ? ਲੋਕਾਂ ਨੂੰ ਬਹੁਤ ਫਾਇਦਾ ਹੋ ਜਾਊਗਾ ਜੀ, ਇਹਨਾਂ ਦਾ ਬਹੁਤ ਚੰਗੀ ਗੱਲ ਹੈ ਜੀ। ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਬਹੁਤ ਵੱਡਾ ਫਾਇਦਾ ਹੋਵੇਗਾ, ਕਿ ਆਮ ਪਬਲਿਕ ਨੂੰ ਕੀ ਚਾਹੀਦਾ, ਭਾਵੇਂ ਕਿ ਲੋਕ ਕਹਿੰਦੇ ਨੇ ਕਹਿੰਦਾ ਕਿ ਇਹ ਸਟੰਟ ਹੈ ਜਾਂ ਫਿਰ ਕੁਛ ਵੀ ਹੈ, ਪਰ ਕਿਤੇ ਨਾ ਕਿਤੇ ਜਦੋਂ ਰੇਟ ਘੱਟਦਾ ਤਾਂ ਹਰ ਇਨਸਾਨ ਦੇ ਜਿਹੜਾ ਕਾਰੋਬਾਰ ਦੇ ਵਿੱਚ ਜਾਂ ਕੰਮ ਕਾਰ ਦੇ ਵਿੱਚ ਵੀ ਫਰਕ ਪੈਂਦਾ ਕਿ ਪੈਟਰੋਲ ਡੀਜ਼ਲ ਦੇ ਨਾਲ ਹਰ ਕਾਰੋਬਾਰ ਚੱਲ ਰਿਹਾ। ਅਤੇ ਕਿਵੇਂ ਦੇਖਦੇ ਹੋ ਜੀ ਸਰ, ਜਿਹੜਾ ਇਹ ਪੈਟਰੋਲ ਘਟਿਆ 5 ਰੁਪਏ ਅਤੇ 10 ਰੁਪਏ ਡੀਜ਼ਲ, ਤਾਂ ਇਸ ਰੇਟ ਨੂੰ ਕਿਵੇਂ ਦੇਖਦੇ ਹੋ ਕਿ ਕੇਂਦਰ ਸਰਕਾਰ ਦੇ ਜਿਹੜਾ ਘੱਟ ਕੀਤਾ? ਘੱਟਤਾ ਜੀ, ਹੁਣ ਐਂ ਗੱਲਬਾਤ ਘੱਟ ਹੋਣ ਦਾ ਕਾਰਨ ਵੀ ਜਿਹੜੀ ਹੁਣ ਦੁਨੀਆ ਇੰਨੀ ਪਬਲਿਕ ਆ, ਉਹਨਾਂ ਨੂੰ 5 ਰੁਪਏ ਗੱਲ ਵੀ ਫਰਕ ਪੈਂਦਾ, 2 ਰੁਪਏ ਗੱਲ ਵੀ ਫਰਕ ਪੈਂਦਾ। ਬਾਕੀ ਜਦ ਇਹਨਾਂ ਨੇ ਸੈਂਟਰ ਸਰਕਾਰਾਂ ਨੇ ਕੁਛ ਕਰਨਾ ਹੀ ਨਹੀਂ ਹੈ, ਉਹ ਗਾਹਾਂ ਨੂੰ ਤਾਂ ਫਿਰ ਆ ਨਹੀਂ ਸਕਦੀਆਂ। ਤਾਂ ਮੋਦੀ ਸਰਕਾਰ ਦੇ ਕਿਵੇਂ ਦੇਖਦੇ ਜਿਹੜੇ 5 ਰੁਪਏ 10 ਰੁਪਏ ਘਟਾ ਗਿਆ, ਲੱਗਦਾ ਜੀ 2022 ਦੀ ਚੋਣਾਂ ਨੂੰ ਲੈ ਕੇ ਸਟੰਟ ਹੈ ਇਹ? ਨਹੀਂ ਜੀ, ਮੁਸ਼ਕਲ ਆ, ਇਹ ਤਾਂ ਵਧੂਗਾ ਜੀ, ਹੋਰ ਵਧੂਗਾ। ਆਪ ਦੇ ਵਿੱਚ ਕਿਵੇਂ ਲੱਗਦਾ ਕਿ ਸੀਐਮ ਚਰਨਜੀਤ ਸਿੰਘ ਚੰਨੀ ਬੈਜ ਘਟਾਉਣਗੇ, ਕਿਉਂਕਿ ਹੋਰ ਸਟੇਟਾਂ ਨੇ ਬੈਜ ਘਟਾ ਦਾ, ਕਹਿੰਦਾ ਨੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ, ਹੋਰ ਸਟੇਟਾਂ ਨੇ ਬੈਜ ਘਟਾ ਦਿੱਤਾ, ਹੁਣ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਸੀਐਮ ਚਰਨਜੀਤ ਸਿੰਘ ਚੰਨੀ ਬੈਜ ਘਟਾਉਣਗੇ? ਨਹੀਂ ਜੀ, ਜੇ ਘਟਾਊਗਾ ਤਾਂ ਚੰਗਾ ਰਹੂਗਾ, ਨਹੀਂ ਤਾਂ ਫਿਰ ਅਕਾਲੀਆਂ ਵਾਲਾ ਹਾਲ ਹੋ ਗਈਦਾ ਵੀ। ਬਿਲਕੁਲ, ਤੁਸੀਂ ਦੇਖੋ ਕਿ ਇਹਨਾਂ ਨੇ ਦੱਸਿਆ ਕਿ ਜੇ ਸੀਐਮ ਚਰਨਜੀਤ ਸਿੰਘ ਚੰਨੀ ਇੱਥੋਂ ਬੈਜ ਘਟਾਉਂਦੇ ਨੇ ਪੰਜਾਬ ਦੇ ਵਿੱਚੋਂ ਕਿਤੇ ਨਾ ਕਿਤੇ, ਤਾਂ ਲੋਕ ਫਤਵਾ ਦੇਣਗੇ 2022 ਦੇ ਵਿੱਚ, ਜੇ ਰੇਟ ਨਹੀਂ ਘਟਾਉਣਗੇ ਤਾਂ ਕਿਤੇ ਨਾ ਕਿਤੇ ਇਹਨਾਂ ਨੇ ਦੱਸਿਆ ਕਿ ਅਕਾਲੀ ਦਲ ਵਾਲਾ ਹਾਲ ਹੋਵੇਗਾ, ਜੋ ਕਰਾਰੀ ਹਾਰ ਉਹਨਾਂ ਨੂੰ ਮਿਲੀ ਹੈ। ਤਾਂ ਹੁਣ ਇਹਨਾਂ ਵੱਲੋਂ ਜਿਹੜੇ ਦੇਖੋ ਲੋਕਾਂ ਵੱਲੋਂ ਇੱਕ ਕਿਤੇ ਨਾ ਕਿਤੇ ਅਪੀਲ ਕੀਤੀ ਗਈ ਹੈ ਕਿ ਜੇ ਰੇਟ ਹੋਰ ਘੱਟਦਾ ਤਾਂ ਆਮ ਪਬਲਿਕ ਨੂੰ ਬਹੁਤ ਵੱਡੀ ਰਾਹਤ ਮਿਲੇਗੀ, ਕਿਉਂਕਿ ਵਾਰ ਵਾਰ ਇਹੀ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ 35-40 ਰੁਪਏ ਵਧਾ ਕੇ ਫਿਰ ਉਸ ਤੋਂ ਬਾਅਦ 5-10 ਰੁਪਏ ਘਟਾ ਦੇਣੇ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਕਿਤੇ ਨਾ ਕਿਤੇ ਜਿਹੜੀ ਆਮ ਪਬਲਿਕਾਂ ਵੱਲੋਂ ਇਹ ਕਿਹਾ ਜਾਂਦਾ ਕਿ ਕਿਤੇ ਨਾ ਚਾਹੇ 2 ਰੁਪਏ ਘਟਣ ਚਾਹੇ 5 ਰੁਪਏ ਘਟਣ, ਤਾਂ ਰੇਟ ਜਿਹੜਾ ਘਟਿਆ ਹੋਇਆ ਵਧੀਆ ਲੱਗਦਾ। ਤਾਂ ਹੁਣ ਹੋਰ ਵੀ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਹਰ ਇਨਸਾਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਕੀ ਵਿਚਾਰ ਨੇ, ਲੋਕ ਕੀ ਕਹਿੰਦੇ ਨੇ। ਤਾਂ ਇਸ ਨੂੰ ਲੈ ਕੇ ਜਿਹੜੇ ਹੁਣ ਤੇਲ ਪਵਾ ਰਹੇ ਨੇ ਗੱਡੀ ਦੇ ਵਿੱਚ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਪੈਟਰੋਲ ਡੀਜ਼ਲ ਦੇ ਰੇਟ ਘਟਣ ਦੇ ਨਾਲ ਕਿੰਨਾ ਕੁ ਫਰਕ ਪਿਆ, ਕਿ ਕਿੰਨਾ ਕੁ ਲੋਕਾਂ ਨੂੰ ਰਾਹਤ ਮਿਲੀ ਹੈ। ਤਾਂ ਇਸ ਨੂੰ ਲੈ ਕੇ ਪੈਟਰੋਲ ਡੀਜ਼ਲ ਦੇ ਜਿਹੜੇ ਰੇਟ ਘਟੇ ਨੇ 5 ਰੁਪਏ 10 ਰੁਪਏ, ਉਹਦੀ ਸਰਕਾਰ ਕਹਿ ਰਹੀ ਹੈ, ਕਹਿੰਦੇ ਕਿ ਦੀਵਾਲੀ ਨੂੰ ਲੋਕਾਂ ਨੂੰ ਤੋਹਫਾ ਦਿੱਤਾ, ਇਹ ਤੁਹਾਨੂੰ ਤੋਹਫਾ ਲੱਗਦਾ ਜਾਂ ਫਿਰ 2022 ਨੂੰ ਚੋਣਾਂ ਲੈ ਕੇ ਸਟੰਟ? ਨਹੀਂ, ਫਰਕ ਤਾਂ ਕੋਈ ਨਹੀਂ ਹੈ ਜੀ, ਇਹ ਤਾਂ ਜਿੰਨਾ ਕੁ ਵਧਿਆ ਵਧਾਇਆ ਉਹਨਾਂ ਨੇ ਦੀਵਾਲੀ ਉਹਨਾਂ ਘਟਾਤਾ, ਸਹਿ ਤਾਂ 100 ਦੇ ਉੱਪਰ ਜਾਂ 100 ਥੱਲੇ ਜਾਵੇ, 90 ਹੋਵੇ 85 ਅਸੀਂ ਥੱਲੇ ਕਰਨ ਤਾਂ ਆਏ ਜੀ, ਇਹ 100 ਤੇ ਤਾਂ ਫਿਕਸ ਕਰਦਾ 100 ਦਾ ਰੇਟ ਇਹਨਾਂ ਨੇ ਜੀ, ਉੱਤੇ ਵਧਾ ਲਓ। ਕਿਹਾ ਜਾ ਰਿਹਾ ਕਹਿੰਦਾ 1 ਸਾਲ ਦੇ ਵਿੱਚ 35-40 ਰੁਪਏ ਰੇਟ ਵਧਾਇਆ ਗਿਆ, ਪਰ ਹੁਣ ਲੱਗਦਾ ਕਿ ਜਿਹੜਾ 10 ਰੁਪਏ 5 ਰੁਪਏ ਦੇ ਕੇ ਕੀ ਬਰਾਬਰ ਕੀਤਾ ਗਿਆ ਹੈ? ਨਹੀਂ ਨਹੀਂ, ਕੋਈ ਚੱਕਰ ਨਹੀਂ, ਤਾਂ ਵੈਸੇ ਤੁਹਾਡੀ ਗੱਲ ਠੀਕ ਹੈ ਜੀ, ਇੱਕ ਇਹਨੂੰ ਸਟੰਟ ਹੈ ਜੀ, ਇਹ ਕੋਈ ਚੱਕਰ ਨਹੀਂ ਹੈ ਜੀ। ਹੋਰ ਸਟੇਟਾਂ ਦੇ ਵਿੱਚ ਬੈਜ ਘਟਾਇਆ ਗਿਆ, ਤਾਂ ਜੇ ਗੱਲ ਕਰੀਏ ਹਿਮਾਚਲ ਦੀ, ਹਰਿਆਣੇ ਦੀ, ਚੰਡੀਗੜ੍ਹ ਦੇ ਵਿੱਚ, ਆਸਾਮ ਦੀ, ਕਈ ਸਟੇਟਾਂ ਦੇ ਵਿੱਚ ਜਿਹੜਾ ਬੈਜ ਘਟਾਇਆ ਗਿਆ, ਐਕਸਾਈਜ਼ ਡਿਊਟੀ ਕੇਂਦਰ ਵੱਲੋਂ ਘਟਾਈ ਗਈ ਹੈ, ਤੁਹਾਨੂੰ ਲੱਗਦਾ ਸੀਐਮ ਚਰਨਜੀਤ ਸਿੰਘ ਚੰਨੀ ਬੈਜ ਘਟਾਉਣਗੇ ਇੱਥੇ ਪੰਜਾਬ ਦੇ ਵਿੱਚ ਵੀ? ਦੇਖੋ, ਚਾਹੀਦਾ ਤਾਂ ਹੈ ਜੀ ਘਟਾਉਣਾ ਜੀ, ਬਾਕੀ ਇਹ ਨਾ ਹੋਵੇ ਵੋਟਾਂ ਤੋਂ ਬਾਅਦ ਫਿਰ ਚੱਕ ਦੇਣ ਉੱਤੇ ਜੀ, ਅਤੇ ਬਸ ਚੰਗਾ ਕੰਮ ਕਰ ਰਹੇ ਚੰਨੀ ਸਾਹਿਬ, ਦੇਖੋਗੇ ਕੀ ਕਰਦੇ ਜੀ। ਆਮ ਪਬਲਿਕ ਨੂੰ ਕਿੰਨਾ ਕੁ ਜਿਹੜਾ ਰਾਹਤ ਮਿਲੀ ਹੈ ਪੈਟਰੋਲ ਡੀਜ਼ਲ ਦੇ ਰੇਟ ਘਟਣ ਨਾਲ? ਨਹੀਂ, ਗਰੀਬ ਬੰਦੇ ਵਾਸਤੇ ਕੋਈ ਰਾਹਤ ਨਹੀਂ ਹੈ ਜੀ, ਇਹ ਤਾਂ ਮੀਰਾਂ ਦੀ ਚੱਕਰ ਹੈ, ਗਰੀਬ ਨੂੰ ਕੋਈ ਵਿਚਾਰਾ ਕਿਆ ਫਰਕ ਪੈਂਦਾ, 100 ਦੇ ਉੱਪਰ ਜੀ ਫਿਰ ਵੀ 101 ਮੇਰੇ 101 ਰੁਪਏ ਰੇਟ ਹੈਗਾ ਜੀ ਇਹਨਾਂ ਦੀ। ਹਾਂਜੀ ਜੀ। ਤਾਂ ਹੋਰ ਚੀਜ਼ ਜਿਹੜੀਆਂ ਹੁਣ ਘਰੇਲੂ ਵਸਤੂਆਂ ਨੇ ਜਿਹੜੀਆਂ ਆਪਣੇ ਰਸੋਈ ਦੇ ਵਿੱਚ ਯੂਜ਼ ਹੁੰਦੀਆਂ ਨੇ, ਉਹਨਾਂ ਦੇ ਰੇਟ ਅਸਮਾਨੀ ਛੂ ਰਹੇ ਨੇ, 220-230 ਰੁਪਏ ਜਿਹੜੀ ਤੇਲ ਦੀ ਬੋਤਲ ਹੋ ਚੁੱਕੀ ਹੈ, ਤਾਂ ਕਿਵੇਂ ਦੇਖਦੇ ਕਿ ਉਹਨਾਂ ਦੇ ਰੇਟ ਵੀ ਘਟਣੇ ਚਾਹੀਦੇ ਨੇ? ਹਾਂ, ਉਹ ਘਟਣੇ ਚਾਹੀਦੇ, ਉਹ ਜ਼ਰੂਰ ਘਟਣੇ ਚਾਹੀਦੇ ਜੀ। ਉਹਦਾ ਦੇਖੋ ਹੁਣ 70 ਰੁਪਏ ਬੋਤਲ ਹੁੰਦੀ ਸੀ ਬੋਤਲ ਜੀ, ਹੁਣ 160-170 ਰੁਪਏ ਬੋਤਲ ਹੋਈ ਹੈ ਇੱਕ ਸਰੋਂ ਤੇਲ ਦੀ ਜੀ, ਇੱਕ ਅਤੇ ਉਹ ਜ਼ਰੂਰ ਘਟਣੇ ਚਾਹੀਦੇ ਰੇਟ, ਜੋ ਬਹੁਤ ਮਹਿੰਗਾਈ ਹੈ ਜੀ ਜੀ। ਦੇਖੋ ਕਿ ਜਿੱਥੇ ਪੈਟਰੋਲ ਡੀਜ਼ਲ ਦੇ ਰੇਟ ਘੱਟ ਕੀਤੇ ਨੇ, ਤਾਂ ਕਿਤੇ ਨਾ ਕਿਤੇ ਜਿਹੜੀਆਂ ਘਰੇਲੂ ਵਸਤੂਆਂ ਨੇ ਜਿਹੜੀਆਂ ਆਮ ਯੂਜ਼ ਹੁੰਦੀਆਂ ਨੇ, ਆਮ ਰਸੋਈ ਦੇ ਵਿੱਚ ਰੋਜ਼ਾਨਾ ਜਿਹੜਾ ਹਰ ਇਨਸਾਨ ਦੇ ਕੰਮ ਆਉਂਦੀਆਂ ਨੇ, ਤਾਂ ਉਹਨਾਂ ਦੇ ਰੇਟ ਵੀ ਘਟਣੇ ਚਾਹੀਦੇ ਨੇ। ਪੈਟਰੋਲ ਡੀਜ਼ਲ ਦਾ ਰੇਟ ਜਿਹੜਾ ਘਟਿਆ, ਇਹਨੇ ਦੱਸਿਆ ਕਿ ਬਹੁਤੀ ਰਾਹਤ ਨਹੀਂ ਲੋਕਾਂ ਨੂੰ ਮਿਲੀ, ਭਾਵੇਂ ਕਿ 35-40 ਰੁਪਏ ਜਿਹੜੇ 1 ਸਾਲ ਦੇ ਵਿੱਚ ਰੇਟ ਵਧਾ ਕੇ ਉਸ ਤੋਂ ਬਾਅਦ 5-10 ਰੁਪਏ ਘਟਾ ਦੇਣੇ, ਕੋਈ ਵੱਡੀ ਗੱਲ ਨਹੀਂ, ਇਹ ਲੋਕਾਂ ਵੱਲੋਂ ਕਿਹਾ ਗਿਆ। ਤਾਂ ਹੁਣ ਦੇਖਦੇ ਹਾਂ ਕਿ ਕਿਵੇਂ ਜਿਹੜੇ ਲੋਕ ਨੇ ਹੋਰ ਕੀ ਕਹਿੰਦੇ ਨੇ, ਇੱਥੇ ਜਿਹੜੇ ਪੈਟਰੋਲ ਇੱਥੇ ਪਾ ਰਹੇ ਨੇ ਜਿਹੜੇ ਕਰਿੰਦੇ ਨੇ, ਉਹਨਾਂ ਨੂੰ ਪੁੱਛ ਲੈਂਦੇ ਹਾਂ ਕਿ ਕਿੰਨਾ ਕੁ ਫਰਕ ਜਿਹੜਾ ਪਿਆ।
60 रुपए वधा के जो 40 पर 60 62 रुपए रेट है हूँ इन्होंने 101 या 2 रुपए से घटा के 10 रुपए घटाते हैं तीन कोई ज़्यादा फर्क नहीं पिया। अच्छा ये भी कहा जा रहा कहता कि सब तो ज़्यादा डीलरों को फर्क पिया कहता जो डीलर ने टैंक फुल करा रहे थे महंगे रेट से जो पहला रेट से कहता कि हूँ उन्होंने बहुत वड्डा घाटा पै गया इको लागत जब 10 रुपये डीजल तो 5 रुपये पेट्रोल कट गया तो डीलर भी लगता कि बहुत वड्डा फर्क पिया इस चीज़ में उन्होंने तो फर्क पिया जी जिम्मे हम किसी को पहले काफ़ी तेल पिया जी हूँ उन्होंने 10 रुपये कट्ठा ही घाटा गया काफ़ी लखा रुपये का भी घाटा पै गया हूँ कई जी हूँ 7 तरीक न दसया जा रहा है कि जो पेट्रोल पंपा वालों जो डीलर ने उन्होंने वालों एसोसीएशन वालों एक ऐलान किया गया कि सवेरे 7 बजे तो लेकर शाम 5 बजे तक पंप खोलेंगे लगता कि उन्होंने डर सता रहा है केंद्र सरकार को पंजाब सरकार को हो सकता भी डर भी होता भी हो सकता केंद्र वालों जो रेट घटाया गया कहते कि जो एक्साइज ड्यूटी घटाई गई है इसको लेकर कई लोग यह भी कह रहे हैं कि जोड़ा यह 2022 की चोणों लैके स्टंट है पर कितने ना कि कई लोग भी कह रहे हैं कि राहत मिली है पर इसको लैके पूरी गलबात करे संजीव कुमार बिक्की ने राहुल प्रियंका गांधी यूथ पंजाब प्रधान ने उन्हों तो गलबात करा कि होर स्टेटा ने जिमें बैट घटाया तो हूँ पंजाब के बैट कदों घटेगा क्योंकि सीएम चरणजीत सिंह चन्नी जितने होर ऐलान करते हैं तो लोगों को तेल के उत्ते कदों राहत देंगे पेट्रोल डीजल के उत्ते कदों राहत देंगे विरोधी भी तंज कस रहे हैं दूजे पास बीजेपी वाले कह गया कि असी जो एक्साइज ड्यूटी घटा दी है तो हूँ पंजाब में देखते हैं कि कदों बैट घटा तो बिक्की जी जरा सीएम चरणजीत सिंह चन्नी थोड़ी सरकार है कांग्रेस की तो उस कई ऐलान जोड़े किए गए हैं लोगों हूँ 2022 की चोणों का स्टंट है या फिर बाकी राहत दे रहे हैं सीएम चरणजीत सिंह चन्नी पर हूँ कई स्टेटा ने पेट्रोल डीजल रेट में लेकर बैट घटाया गया भावें हरियाणे की गल करिए हिमाचल की गल करिए असाम की गल करिए चंडीगढ़ की तैयारी चल रही ने कि रेट घटाना पर हूँ पंजाब की लगता है कि सीएम चरणजीत सिंह चन्नी थोड़े ऐलान करे तेल के उत्ते बैट घटाएंगे। देखो सब तो बड़ी गल तो यही है कि जिहड़े मोदी सरकार ने रेट घट किए हैं ये एक इलैक्शन का एक स्टंट है हुण देखो तुसी अपने आप 60 रुपए वधा के 10 रुपए घट कर देने ये कित्थे दी बड़ी बहादुरी है जे घट करने दे घट्टो घट 20-25 रुपए घट कर दे जिहड़ा बच्चे किसी बंदे नूं या गरीब जनता नूं राहत मिलदी हुण ये 10 रुपए घटाने नाल तां कोई राहत नहीं मिली कुछ पहले ही उत्थे 80-90 दे हले भी खड़े ही है फिर गल कहने का मतलब है देखो पंजाब सरकार बिल्कुल घटाएगी इस टाइम दिवाली के मौके पर थोड़े जे मंत्री सहमान भी सारे बिजी सी अपने मंत्री जिन्हें भी हैं सारे वो सारे फ्री हो गए कैबिनेट की मीटिंग होएगी असी भी चन्नी साहब नूं गुजारिश करांगे कि आपां भी पंजाब का बैट घटाइए तो लोगों नूं राहत दित्ती जाए तो नाल दी नाल देखो तुसीं इतिहासिक फैसले चन्नी साहब ने किए हैं चाहे वह प्लाटा चाहे वह प्लाटा लेके होण चाहे वह बिजली लेके होण पानी लेके होण या दिवाली ते गरीब जनता के खात्या 3100 रुपया आया उन्हूं लेके होण ऐसी गल नहीं है भी देखो चन्नी साहब साढ़े बहुत ही वधिया मुख्यमंत्री पंजाब नूं इस टाइम मिले हैं जिहड़े कि लोगों के बीच जाके लोगों के मुद्दे हल करते हैं। बिक्की जी किवें देखते लोगों वालों कहा जा रहा कहना बीजेपी की चार जगह करारी हार हुई आ उस दे कहता कि दुख दे विच उस दी टेंशन दे विच कहता बीजेपी वाले रेट घटाया कितनी सच्चाई है क्या लगता कि बीजेपी दे हार दे कारण या फिर पंजाब दे विच अपने पैर जमाण वास्ते बीजेपी ने स्टंट खेलिया। देखो हुण तो पली भांती थोनू पूरे हिंदुस्तान दे विच पता है भी मोदी सरकार बीजेपी सरकार इस टाइम महंगाई दा बादशाह बन चुकी है महंगाई के कारण जिन्नी भी स्टेटा तो इलैक्शन हुई है तुम हिमाचल में ले लो हिमाचल बीजेपी की अपनी सरकार है वो चार ही सीटा कहें भी असी लेके जिता के जितिया हुई ने पर वो देख लो हम थोड़े सामने है चार दो चार दी चार बिल्कुल क्लीन स्लिप होए हैं ये महंगाई के कारण ही होया सारा कुछ जो भी होया महंगाई के कारण होया है ये महंगाई ना होंगी शायद उन्होंने इलैक्शन जित जाते पर नहीं ये थोड़े सामने है जो भी है। सीएम चरणजीत सिंह चन्नी वालों पिछले दिन ऐलान किया गया तो सीएम चरणजीत सिंह चन्नी वालों ऐलान किया गया कि बिजली सब तो सस्ती जी होएगी पंजाब दे विच होएगी हर एक स्टेट के नालों पर हुण किवें देखते हो कि पेट्रोल डीजल का रेट जो होर स्टेटा के बैट घटाया गया लगता थोड़ा उम्मीद कि सीएम चरणजीत सिंह चन्नी पेट्रोल डीजल का रेट भी सब तो घट पंजाब दे विच करनगे बैट घटाउणगे सब ज़्यादा। देखो चन्नी साहब ने जो किया वो करिया है थोड़े सामने ही है बिजली नूं ले लो तुसीं 3 रुपए यूनिट सारी जिनी भी पंजाब की जनता है आम जनता आम लोग है उन्होंने सारे वास्ते 3 रुपए यूनिट घट की है तो हुण रही गल डीजल दी डीजल नूं भी तुसीं देख लो थोड़े आने वाले 2-4 दिनों के ही जब कैबिनेट की मीटिंग होनी है उसके बीच बीच सारा फैसला होएगा किन्ना कि लोगों को राहत मिलेगी जो बैट घटता पंजाब दे विच किसान सब तो ज़्यादा पंजाब दे विच ने तो पंजाब दे विच ट्रैक्टर लैके जो गल करिए डीजल भी उन्होंने पैंदा तो पेट्रोल की गल करिए पेट्रोल नूं लैके राहत किन्नी कि लोगों को मिलेगी जो रेट थोड़ा वेट बैट घटता तो इतने पंजाब दे विच तां देखो बिजली नूं लैके जिस तरह सारे हिंदुस्तान नालों रेट घट होए हैं उस तरह ही पंजाब दे विच पूरे हिंदुस्तान दे नालों सब तो घट रेट पंजाब दे विच तुहानूं मिलूंगे
ये आने वाले दिनों के थोड़े सामने आ जाएगा। तुसी देखो कि यह सन संजीव कुमार विक्की जड़े राहुल प्रियंका गांधी सेना जड़े यूथ पंजाब प्रधान ने जिन्होंने दस्या गया कि जो सीएम चंदी सिंह चन्नी वालों जो इतिहासिक फैसले पहले भी ले गए हैं कि हूँ जोड़ा पेट्रोल डीजल के बैट में लैके एक बड़े इतिहासिक फैसले हो गए जिस कि पूरे जो स्टेटा ने जोड़ा रेट घटाया है बैट घटाया तो उन्होंने अलग जोड़ा पंजाब बैट कटेगा जिस कि पूरे पंजाब के लोगों को माण होगा सीएम चंदी सिंह चन्नी उत्ते क्योंकि दस दें कि केंद्र वालों दसिया जा रहा है दोष लगाए जा रहे हैं लोगों वालों कि 35-40 रुपये जड़े रेट बढ़ा के उस तो बाद हुण 5-10 रुपये की राहत देकर कितने ना कितने सियासी स्टंट खेलिया जा रहा पर कितने ना कितने लोगों को राहत मिलनी चाहिए है। आम पब्लिक को ये है भावें कि 2 रुपये रेट घटे तो उन्होंने हौसला होंगे अपने पेट्रोल डीजल पाने वास्ते कितने रेट घटे पर हुण देखते हैं कि पंजाब के सीएम चंदी सिंह चन्नी इस पेट्रोल डीजल लैके कि बैट कट कर देने कि होर सीटा वागू उन्होंने तरह ही कट कर देने या फिर अलग तो एक इतिहासिक फैसला सुना के पंजाब के लोगों को एक नवा तोहफा देंगे। थोड़े नाल कैमरामैन सतवंत के नाल हरतेज सिंह तेजी HN1 न्यूज़ न्यू चंडीगढ़।